ਸਤਿ ਸ਼੍ਰੀ ਅਕਾਲ ਸਟੂਡੈਂਟ, ਸਵਾਗਤ ਹੈ ਬੱਚੇ ਤੁਹਾਡਾ ਇਨਸਾਈਟ ਅਕੈਡਮੀ ਦੇ ਆਨਲਾਈਨ ਪਲੇਟਫਾਰਮ ਤੇ। ਸਟਾਰਟ ਕਰਦੇ ਹਾਂ ਬੱਚੇ ਆਪਣੀ ਮਾਸਟਰ ਕੇਡਰ SST ਦੀ ਕਲਾਸ। ਉਸ ਤੋਂ ਪਹਿਲਾਂ ਇੱਕ ਇਨਫੋਰਮੇਸ਼ਨ ਹੈ ਤੁਹਾਡੇ ਲਈ, ਇਨਸਾਈਟ ਅਕੈਡਮੀ ਦੇ ਬੱਚੇ ਆਫਲਾਈਨ ਤੇ ਆਨਲਾਈਨ ਬੈਚ ਹੈ ਜਿਹੜੇ ਮਾਸਟਰ ਕੇਡਰ ਦੇ, ਜਿਹੜੇ SST ਪੰਜਾਬੀ ਹਿੰਦੀ ਅਤੇ ਇੰਗਲਿਸ਼ ਦੇ ਜਿਹੜੇ ਗਰੁੱਪ ਹੈ ਬੱਚਿਆਂ ਦੀ, ਉਹ ਸਟਾਰਟ ਹੋ ਚੁੱਕੀ ਹੈ। ਉਸ ਰਿਗਾਰਡਿੰਗ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਜਿਹੜੇ ਨੀਚੇ ਸਕਰੀਨ ਤੇ ਨੰਬਰ ਆਏ ਤੁਸੀਂ ਉਹਨਾਂ ਤੇ ਕਿਸੇ ਵੀ ਟਾਈਮ ਕਾਲ ਕਰ ਸਕਦੇ। ਠੀਕ ਹੈ ਜੀ, ਸਟਾਰਟ ਕਰਦੇ ਹਾਂ ਬੱਚੇ ਆਪਣੀ ਅੱਜ ਦੀ ਫਸਟ ਅੱਜ ਦਾ ਫਸਟ ਕੁਐਸਚਨ। ਅੱਜ ਦਾ ਆਪਣਾ ਟੌਪਿਕ ਨੇਮ ਹੈ ਜੀ, ਪੰਜਾਬ ਹਿਸਟਰੀ ਦੇ ਵਿੱਚ ਹੈ ਦਲ ਖਾਲਸਾ। ਦਲ ਖਾਲਸਾ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਆਫਟਰਨੂਨ, ਵੈਰੀ ਗੁੱਡ ਆਫਟਰਨੂਨ। ਹਾਂਜੀ, ਅੱਜ ਦਾ ਆਪਣਾ ਫਸਟ ਕੁਐਸਚਨ ਹੈ, ਸਿੱਖਾਂ ਨੇ ਕਿਸ ਜਗ੍ਹਾ ਤੇ ਕਬਜ਼ਾ ਕਰਕੇ ਸਿੱਖ ਗਤੀਵਿਧੀਆਂ ਨੂੰ ਕੇਂਦਰ ਬਣਾਇਆ। ਸਤਿ ਸ਼੍ਰੀ ਅਕਾਲ ਅਮਨਦੀਪ, ਸਾਰੇ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕਿਹੜੀ ਜਗ੍ਹਾ ਤੇ ਕਬਜ਼ਾ ਕਰਕੇ ਸਿੱਖ ਗਤੀਵਿਧੀਆਂ ਦਾ ਕੇਂਦਰ ਬਣਾਇਆ? ਬਿਲਕੁਲ ਰਾਈਟ ਹੈ ਜੀ, ਅੰਮ੍ਰਿਤਸਰ। ਵਰਤਮਾਨ ਵਿੱਚ ਵੀ ਬੇਟੇ ਅੰਮ੍ਰਿਤਸਰ ਹੈ ਜਿਹੜੀ ਸਿੱਖਾਂ ਦਾ ਪੱਕਾ ਜਾਂ ਸਿੱਖਾਂ ਦੀ ਧਾਰਮਿਕ ਰਾਜਧਾਨੀ ਪ੍ਰੈਜੈਂਟ ਟਾਈਮ ਵਰਤਮਾਨ। ਸੈਕਿੰਡ ਕੁਐਸਚਨ, ਹਰਿਮੰਦਰ ਸਾਹਿਬ ਦਾ ਕੰਮ ਕਾਜ ਦੇਖਣ ਲਈ ਕਿਸ ਨੂੰ ਕੀਤਾ ਗਿਆ ਸੀ? ਹਰਿਮੰਦਰ ਸਾਹਿਬ ਦਾ ਕੰਮ ਕਾਜ ਦੇਖਣ ਦੇ ਲਈ ਕਿਸ ਨੂੰ ਕੀਤਾ ਗਿਆ? ਇਹ ਦਲ ਖਾਲਸਾ ਦੀ ਗੱਲ ਹੋ ਰਹੀ ਹੈ, ਉਸ ਟਾਈਮ ਦਾ ਟਾਈਮ ਪੀਰੀਅਡ ਚੱਲ ਰਿਹਾ ਜੀ, ਤਾਂ ਉਸ ਟਾਈਮ ਤੇ ਨਿਯੁਕਤ ਕੀਤਾ ਗਿਆ ਸੀ ਜੀ ਭਾਈ ਮਨੀ ਸਿੰਘ ਜੀ ਨੂੰ, ਤੇ ਭਾਈ ਮਨੀ ਸਿੰਘ ਜੀ ਨੇ ਹੀ 1721 ਦੇ ਵਿੱਚ ਜਿਹੜਾ ਦਲ ਖਾਲਸਾ ਜਿਹੜਾ ਤੱਤ ਖਾਲਸਾ ਤੇ ਬੰਦਈ ਖਾਲਸਾ ਸੀ, ਦੋ ਗਰੁੱਪ ਹੈ ਉਹਨਾਂ ਦੇ ਵਿੱਚ ਜਿਹੜਾ ਆਪਸ ਦੇ ਵਿੱਚ ਪਤਾ ਕਰ। ਨੈਕਸਟ ਕੁਐਸਚਨ ਹੈ ਜੀ, ਨਵਾਬ ਕਪੂਰ ਸਿੰਘ ਅਤੇ ਜ਼ਕਰੀਆ ਖਾਂ ਦੇ ਵਿਚਕਾਰ ਸੰਧੀ ਕਦੋਂ ਸੀ? ਇੱਕ ਤਾਂ ਪਹਿਲਾਂ ਸੰਧੀ ਹੋਈ ਸੀ ਨਾ, ਨਵਾਬ ਬਣਾਇਆ, 1 ਲੱਖ ਦੀ ਜੰਗੀਰ ਦਿੱਤੀ, ਉਹ ਉਹਨਾਂ ਦੀਆਂ ਗੱਲਾਂ ਮੰਨਣਗੇ। ਸਤਿ ਸ਼੍ਰੀ ਅਕਾਲ ਸਾਹਿਲ। ਤੇ ਜਿਹੜਾ ਉਹ ਸਮਝੌਤਾ ਹੋਇਆ ਸੀ, ਇਹ ਸਮਝੌਤਾ ਅੱਗੇ ਜਾ ਕੇ ਮਤਭੇਦ ਵੱਧ ਕੇ ਟੁੱਟ ਜਾਂਦੀ ਹੈ, ਸੰਧੀ ਤਾਂ ਕਦੋਂ ਟੁੱਟੀ? ਗੱਲਬਾਤ ਵੈਰੀ ਗੁੱਡ ਜੀ, 1735-34 ਦੇ ਵਿੱਚ ਸਮਝੌਤਾ ਹੋਇਆ ਸੀ ਤੇ 35 ਦੇ ਵਿੱਚ ਇਹ ਗੱਲਬਾਤ ਟੁੱਟ ਜਾਂਦੀ ਹੈ। ਠੀਕ ਹੈ, ਫਿਰ ਉਹ ਜਿਹੜਾ ਆਪਣੇ ਆਪ ਨੂੰ ਥਾਣੇ ਸੰਗਠਿਤ ਕਰਨਾ ਸ਼ੁਰੂ ਕੀਤਾ। ਸਿੱਖਾਂ ਹੱਥੋਂ ਹੋਈ ਕਿਸ ਦੀ ਮੌਤ ਨੇ ਜਹੀਆ ਖਾਂ ਨੂੰ ਭੜਕਾ ਦਿੱਤਾ? ਕਿਹੜੀ ਘਟਨਾ ਤੋਂ ਬਾਅਦ ਜਹੀਆ ਖਾਂ ਭੜਕ ਗਿਆ ਸੀ, ਕਿਹਦੀ ਮੌਤ ਤੋਂ ਬਾਅਦ? ਹਾਂਜੀ, 1733 ਵਿੱਚ ਸਮਝੌਤਾ ਹੋਇਆ ਸੀ ਅਮਨ, ਤੇ 34 ਦੇ ਵਿੱਚ ਨਵਾਬ ਦੀ ਜਿਹੜੀ ਜੰਗੀਰ ਤੇ ਉਹਨਾਂ ਦੇ ਵਿੱਚ ਜੰਗੀਰ ਦਿੱਤੀ ਸੀ ਤੇ ਇੱਕ ਸ਼ਰਤਾਂ ਨਹੀਂ ਰੱਖੀਆਂ ਸੀਗੀਆਂ, ਉਹ ਵਾਲਾ ਸਮਝੌਤਾ 35 'ਚ ਟੁੱਟਿਆ ਸੀ, ਜਿਹੜਾ ਨਵਾਬ ਬਣਾਇਆ ਸੀ 1 ਲੱਖ ਦੀ ਉਹ ਵਾਲੀ। ਕਿਹਦੀ ਮੌਤ ਤੋਂ ਬਾਅਦ ਹੈ ਜਿਹੜਾ ਮੌਤ ਬੱਚੇ ਦੀਵਾਨ ਜਸਪਤ ਰਾਏ ਦੀ ਹੋਈ ਸੀ, ਲਖਪਤ ਰਾਏ ਦੇ ਭਰਾ ਦੀ ਡੈਥ ਹੋਈ ਸੀਗੀ ਨਾ, ਤੇ ਲਖਪਤ ਰਾਏ ਤੇ ਜਹੀਆ ਖਾਂ ਤਾਂ ਰਲੇ ਸੀ ਆਪਸ ਦੇ ਵਿੱਚ, ਤਾਂ ਸੀ ਆਪਸ਼ਨ ਰਾਈਟ ਹੈ ਜੀ। ਜਸਪਤ ਰਾਏ ਦੀ ਮੌਤ ਤੋਂ ਬਾਅਦ ਜਹੀਆ ਖਾਂ ਤੇ ਲਖਪਤ ਰਾਏ ਨੇ ਮਿਲ ਕੇ ਸਿੱਖਾਂ ਤੇ ਅਤਿਆਚਾਰ ਕੀਤਾ ਸੀਗਾ, ਤਾਂ ਮੌਤ ਜਸਪਤ ਰਾਏ ਦੀ ਹੋਈ ਸੀਗੀ, ਲਖਪਤ ਰਾਏ ਦੇ ਵੱਡੇ ਭਰਾ ਦੀ।
नेक्स्ट क्वेश्चन है जी, छोटे कल्लू घारे विच किन्ने सिखां दा कत्ल कीता गया? कल्लू छोटा कल्लू घर होया सीगा जी 1746 दे विच, ते किन्ने सिख है जिहड़ा इत्थे कतलेआम कीता सी जहिया खान ने? वेरी गुड अमन, अमनदीप, सारे बच्चों का ही राइट है जी, 7,000 दे तकरीबन मारे गए, 7,000 दे ने। नेक्स्ट क्वेश्चन है जी, दल खालसा की स्थापना कदों हुई? मोस्ट इंपोर्टेंट क्वेश्चन है, दल खालसा की स्थापना, ये विद डेट याद रखना है जी। वेरी गुड एवरीवन, 29 मार्च 1748, ते एक तुसी 29 मार्च नूं होर याद रखना है जी, 29 मार्च 1849 जिहड़ा पंजाब दी अंग्रेजी राज दे विच अनैक्सेशन, मतलब पंजाब अंग्रेजी राज च मिलाया गया। सोना जी, ये दोनों डेट इंपोर्टेंट है पंजाब हिस्ट्री दे विच, 29 मार्च 1748 नूं दल खालसा, 29 मार्च 1849 नूं पंजाब नूं अंग्रेजी राज च मिला लिया सी। नेक्स्ट क्वेश्चन है जी, दल खालसा दा प्रधान सेनापति किस नूं कीता गया? दल खालसा दा प्रधान सेना, बिल्कुल राइट है जी, चीफ कमांडर सीगा जस्सा सिंह रामगढ़िया, ते हेड सीगे नवाब कपूर सिंह। नेक्स्ट क्वेश्चन है, सरबत खालसा तो की भाव है? सरबत, सत श्री अकाल सरबजीत, सरबत खालसा तो की भाव है? बिल्कुल राइट है जी, सारी सिख संगत, सारी सिख संगत जो एक आदेश लिए इकट्ठी होंगी तो सरबत खालसा है, ठीक है जी। नेक्स्ट क्वेश्चन है जी, दल खालसा नूं किन्नियां मिसलां विच वंडिया गया सी? दल खालसा नूं किन्नियां मिसलां विच वंडिया गया सी? दल खालसा नूं किन्नियां मिसलां विच वंडिया गया सी? सिर्फ एक बचे अमनदीप कौर दा सही है जी, बाकी सारे डी ऑप्शन आ रहे हैं। बच्चे फुलकिया मिसल दल खालसा दा हिस्सा नहीं सी, मैं तुहानू पहला भी दस्या सी एक दिन, फुलकिया मिसल एंड दे उत्ते ऐड हुंदी है, फिर 12 बनदे है, तां किन्नियां मिसलां च वंडिया सी? 11 नूं वंडिया सी जी दल खालसा च, फुलकिया मिसल बाद च ऐड होगी, फिर 11 + 1 = 12 बनदे है। वेरी गुड अमनदीप कौर, अमनदीप एक बच्चे का राइट आंसर आया जी, फुलकिया मिसल सी, दल खालसा का हिस्सा नहीं सी बच्चे, बाद च ऐड हुई है। नेक्स्ट क्वेश्चन है जी, 12वीं मिसल केड़ी सी जो दल खालसा का भाग नहीं सी? क्वेश्चन पिछला ही अगे आ गया जी, मैं तुहानूं दस चुकी हाँ पहले ही कि केड़ी मिसल दल खालसा का हिस्सा नहीं सी, सारे बच्चों का राइट है जी, फुलकिया मिसल भाग नहीं सी, तां बाद च ऐड होंगी। 1762 विच वड्डा घल्लूघारा जिहड़ा होया सी, ओह इह घटना किहड़ी जगह ते हुई? वड्डे घल्लूघारे दी घटना किहड़ी जगह ते हुई? बिल्कुल राइट है जी, कूप मलेरकोटला दे नेड़े कूप पिंड है, ते इत्थे 30,000 दे जिहड़े सिख सीगे जिन्हां नूं कतल कीता। आलूवालिया मिसल दी राजधानी केड़ी सी? आलूवालिया, आलूवालिया मिसल दी राजधानी केड़ी सी? आलूवालिया मिसल दी राजधानी, बिल्कुल राइट है जी, कपूरथला, सारे बच्चों का राइट है जी, आलू वाली मिसल की राजधानी सी कपूरथला। रामगढ़िया मिसल का मोढ़ी कौन सी फाउंडर? रामगढ़िया मिसल दे मोढ़ी,
वेरी गुड बच्चे, ऑलमोस्ट बिल्कुल राइट है जी। सारिया का खुशहाल सिंह सी, मोदी खुशहाल सिंह सीगा, ते जिहड़ा फेवरेट फेवरेट मतलब फेवरेट नहीं कह सकते, महान ठीक है, पावरफुल ते महान लीडर सी वो इन्हां दा जस्सा सिंह रामगढ़ी। नेक्स्ट क्वेश्चन है जी, रामगढ़िया मिसल दी राजधानी केड़ी सी? रामगढ़िया मिसल दी राजधानी केड़ी सी? वेरी गुड जी, हरगोबिंदपुरा। नेक्स्ट क्वेश्चन है जी, भंगी मिसल का संस्थापक कौन सी? भंगी मिसल का संस्थापक कौन सी? भंगी मिसल का संस्थापक? नहीं जी, सिक्योर कोड हरी सिंह का लीडर किन्हां दा? सत श्री अकाल, छज्जा सिंह, संस्थापक छज्जा सिंह है, भंगी सिंह लीडर है, भंगी मिसल का लीडर है हरी सिंह। शुक्र चकिया मिसल की राजधानी केड़ी सी? शुक्र चकिया मिसल की राजधानी के बिल्कुल राइट है जी, गुजरांवाला। गुजरांवाला। नेक्स्ट क्वेश्चन है जी, हेठ लिखियां विचों किस नगर ते चढ़त सिंह ने अधिकार नहीं किया सी? महा चढ़त सिंह रणजीत सिंह का दादा है जी, रणजीत सिंह के दादे ने सारियां मिसलां दे उत्ते जिहड़ा अधिकार किया सीगा, नेड़े तेड़े दे एरिए सारे जितले सी, एक नगर सी जी ते उन्हें आ गुजरांवाला जी, सो जिदे ते उन्हें अधिकार नहीं किया वो केड़ा एरिया सी? सिक्योर कोड कौर ते हरविंदर, तीन बच्चों का राइट है। वेरी गुड नीलम, अलीपुर ते नहीं किया सी बच्चे, बाकी सारे ते उहदा आपदा राज सी, अलीपुर ते उन्हें अधिकार ही नहीं किया। रणजीत सिंह शुक्र चकिया मिसल का नेता कदों बनिया सी? शुक्र चकिया मिसल का नेता कदों बनिया सी? बिल्कुल राइट है जी, 1792 दे विच उहदे फादर दी डैथ हुंदी है ना, उदों बंदा है 1792। सदा कौर कौन सी? सदा कौर कौन सी? जिहड़े बच्चे ए आंसर ला रहे हैं क्वेश्चन नूं फिर ध्यान नाल देख लो जी, सदा कौर कल्ली कन्हैया मिसल दी नेता नहीं सी जी, वो महाराजा रणजीत सिंह दी सस भी सी, तां फिर इन्हां दोनों ऑप्शनां दे विचों एक अपनी फोर्थ ऑप्शन ते ए ते बी भी दोनों आ, तां ए ऑप्शन राइट नहीं कह सकदे आपां। सिक्योर कोड रणजीत रणजीत सिंह दी सस भी सीगी ते नाल ओह मिसल दी नेता भी तां हैगी है ना। रमनदीप की कह रहे हैं, मैं महा सिंह लिखा होया। सदा कौर कौन सी? ओके ओके सॉरी जी, ठीक है जी, इतने रणजीत सिंह की सस होनी है, ठीक है जी, ऑप्शन च है तुसी रणजीत लिखा सी, रणजीत सिंह की सस, ठीक है जी। हाँ जी हाँ जी, देख लिया जी सिक्योर कोड।
ਇੱਥੇ ਰਣਜੀਤ ਸਿੰਘ ਦੀ ਸੱਸ ਹੈ ਤਾਂ ਦੋਨੋਂ ਆਪਸ਼ਨਾਂ ਸਹੀ ਹੈ ਜੀ ਏ ਤੇ ਬੀ। ਠੀਕ ਹੈ, ਨੈਕਸਟ ਕੁਐਸਚਨ ਹੈ ਜੀ, ਪਟਿਆਲਾ ਰਿਆਸਤ ਦਾ ਮੋਢੀ ਕੌਣ ਸੀ? ਪਟਿਆਲਾ ਰਿਆਸਤ ਦਾ ਮੋਢੀ ਕੌਣ ਸੀ? ਬਿਲਕੁਲ ਰਾਈਟ ਹੈ ਜੀ, ਸਾਰੇ ਬੱਚਿਆਂ ਦਾ ਆਲਾ ਸਿੰਘ। ਠੀਕ ਹੈ ਜੀ, ਆਲਾ ਸਿੰਘ, ਬਾਬਾ ਆਲਾ ਸਿੰਘ। ਨੈਕਸਟ ਕੁਐਸਚਨ ਹੈ ਜੀ, ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਸੀ, ਸੋਰੀ ਬੱਚੇ, ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਕਿਹੜੀ ਸੀ? ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਸੀ, ਇੱਥੇ ਬੱਚੇ ਦੋ ਆਪਸ਼ਨਾਂ ਕਿਵੇਂ ਟਿਕ ਕਰ ਰਹੇ ਆ ਜੀ, ਏ ਤੇ ਬੀ। ਸਿੱਖਾਂ ਦੀ ਕੇਂਦਰੀ ਸੰਸਥਾ ਗੁਰਮਤਾ, ਗੁਰਮਤ ਹੈ ਜੀ, ਸਰਬੱਤ ਖਾਲਸਾ ਤਾਂ ਸਾਰੇ ਹੀ ਹੋ ਗਏ, ਕੇਂਦਰੀ ਸੰਸਥਾ ਗੁਰਮਤਾ ਉਹਨਾਂ ਦਾ ਇੱਕ ਮੇਨ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ, ਕੇਂਦਰੀ ਸੰਸਥਾ ਉਹ ਅੱਜ ਸਿੱਖਾਂ ਦੀ ਪ੍ਰੈਜੈਂਟ ਦੇ ਟਾਈਮ, ਤਾਂ ਮਿਸਲਾਂ ਦੇ ਟਾਈਮ ਉਹਨਾਂ ਦੀ ਕੇਂਦਰੀ ਸੰਗਠਨ ਗੁਰਮਤਾ ਸੀ, ਇੱਕ ਅਕਾਲ ਤਖ਼ਤ ਸਾਹਿਬ ਚ ਇਕੱਠੇ ਹੋ ਕੇ ਉਹ ਜਿਹੜਾ ਇੱਕ ਫਾਈਨਲ ਡਿਸੀਜਨ ਲੈਂਦੇ ਸੀ ਉਹਨੂੰ ਬੋਲਦੇ ਸੀ ਗੁਰਮਤਾ, ਸਾਰੀ ਸਿੱਖ ਸੰਗਤ ਦੀ ਹਜ਼ੂਰੀ ਦੇ ਵਿੱਚ, ਤੇ ਉਹਨੂੰ ਕੋਈ ਵੀ ਸਿੱਖ ਹੈ ਜਿਹੜਾ ਮਨਾ ਨਹੀਂ ਕਰ ਸਕਦਾ ਸੀ, ਅਕਾਲ ਤਖ਼ਤ ਦੇ ਜਿਵੇਂ ਰੂਲ ਮੰਨੇ ਜਾਂਦੇ ਆ ਨਾ ਕੰਪਲਸਰੀ, ਉਸ ਤਰ੍ਹਾਂ ਨਾਲ ਗੁਰਮਤਾ ਦਾ ਜਿਹੜਾ ਫੈਸਲਾ ਸੀ ਉਹ ਆਖਰੀ ਹੁੰਦਾ ਸੀਗਾ ਤੇ ਸਹਿਮਤੀ ਦੇ ਨਾਲ ਉਹ ਲਿਆ ਜਾ। ਨੈਕਸਟ ਚੱਲਦੇ ਹਾਂ ਜੀ, ਮਿਸਲ ਕਾਲ ਵਿੱਚ ਜ਼ਿਲ੍ਹੇ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਜ਼ਿਲ੍ਹੇ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀਗਾ ਜੀ ਮਿਸਲ ਕਾਲ ਦੇ ਵਿੱਚ? ਹਾਂਜੀ ਹਾਂਜੀ, ਸਿੱਖਾਂ ਦੀ ਸਹਿਮਤੀ, ਬਿਲਕੁਲ ਰਾਈਟ ਹੈ ਜੀ, ਕਾਰਦਾਰ, ਜ਼ਿਲ੍ਹੇ ਦਾ ਮੁਖੀ ਕਾਰਦਾਰ ਰਖਵਾਉਂਦਾ ਸੀ। ਨੈਕਸਟ ਕੁਐਸਚਨ ਹੈ ਜੀ, ਰਾਖੀ ਪ੍ਰਥਾ ਕੀ ਸੀ? ਜਿਹੜਾ ਰਾਖੀ ਸਰਦੇਸ਼ ਮੁਖੀ ਤੇ ਰਾਖੀ ਪ੍ਰਬੰਧ ਚੱਲਦਾ ਸੀ ਭੂਮੀਕਰ ਵਾਲਾ, ਉਹਦਾ ਮੀਨਿੰਗ ਕੀ ਹੈ ਜੀ? ਵਿਦੇਸ਼ੀ ਹਮਲਾਵਰਾਂ ਤੋਂ ਰੱਖਿਆ ਕਰਨਾ ਸੀ, ਫਸਲਾਂ ਦੀ ਰਾਖੀ ਸੀ, ਔਰਤਾਂ ਦੀ ਰਾਖੀ ਸੀ, ਜਾਂ ਫਿਰ ਸਾਰੇ? ਜਿਹੜੇ ਬੱਚੇ ਇਕੱਲਾ ਏ ਆਨਸਰ ਟਿਕ ਕਰ ਰਹੇ ਆ ਜੀ ਉਹ ਰਾਈਟ ਨਹੀਂ ਹੈ ਬੇਟੇ, ਸਿਰਫ ਵਿਦੇਸ਼ੀ ਹਮਲਾਵਰਾਂ ਤੋਂ ਰੱਖਿਆ ਨਹੀਂ ਸੀਗੀ, ਆਪਣੇ ਫਸਲਾਂ ਦੀ ਰਾਖੀ ਵੀ ਸੀ, ਔਰਤਾਂ ਦੀ ਰਾਖੀ ਵੀ ਸੀ, ਆਪਣੇ ਜਾਨ ਤੇ ਮਾਲ ਦੋਨਾਂ ਦੀ ਰਾਖੀ ਕਰਨੀ ਸੀਗੀ ਉਹਨਾਂ ਨੇ, ਬਦਲੇ ਵਿੱਚ ਉਹਨਾਂ ਨੇ ਲੈਣਾ ਸੀ ਰਾਖੀ ਪ੍ਰਥਾ ਜਾਂ ਮਰਾਠੇ ਲੈਂਦੇ ਸੀ ਸਰ ਦੇਸ਼ ਨੂੰ। ਠੀਕ ਹੈ ਜੀ, ਤਾਂ ਉਹਦਾ ਮਤਲਬ ਸੀਗਾ ਇਹ ਸਾਰੀਆਂ ਗੱਲਾਂ, ਤਾਂ ਡੀ ਆਪਸ਼ਨ ਰਾਈਟ ਹੈ। ਨੈਕਸਟ ਕੁਐਸਚਨ ਹੈ ਜੀ, ਮਿਸਲ ਕਿਹੜੀ ਭਾਸ਼ਾ ਦਾ ਸ਼ਬਦ ਆ? ਪੰਜਾਬੀ, ਅਰਬੀ, ਫਾਰਸੀ, ਉਰਦੂ? ਮਿਸਲ ਕਿਹੜੀ ਭਾਸ਼ਾ ਦਾ ਸ਼ਬਦ ਆ? ਮਿਸਲ ਨਹੀਂ ਹਰਪ੍ਰੀਤ, ਫਾਰਸੀ ਭਾਸ਼ਾ ਨਹੀਂ ਹੈ ਸ਼ਬਾਨਾ, ਅਰਬੀ, ਪੰਜਾਬ ਹੈ ਫਾਰਸੀ ਭਾਸ਼ਾ ਦਾ ਸ਼ਬਦ, ਤਾਂ ਜਿਹੜਾ ਮਿਸਲ ਹੈ ਜੀ ਉਹ ਤਾਂ ਅਰਬੀ ਭਾਸ਼ਾ ਦਾ ਸ਼ਬਦ ਹੈ, ਤੇ ਮਿਸਲ ਦਾ ਅਰਥ ਹੁੰਦਾ ਹੈ ਬਰਾਬਰ ਜਾਂ ਕੋਜਹਾ, ਵੀ ਸਾਰੇ ਇਕੁਅਲ ਹੈ। ਠੀਕ ਹੈ ਜੀ, ਨੈਕਸਟ ਅੱਜ ਦਾ ਲਾਸਟ ਕੁਐਸਚਨ ਹੈ ਜੀ, ਕਨਿੰਗਮ, ਜੇ ਡੀ ਕਨਿੰਗਮ ਹੈ ਜਿਹੜਾ ਇਤਿਹਾਸਕਾਰ, ਉਹਨਾਂ ਦੇ ਅਨੁਸਾਰ ਮਿਸਲ ਸ਼ਬਦ ਦਾ ਕੀ ਅਰਥ ਹੈ? ਮਿਸਲ ਕਨਿੰਗਮ ਦੇ ਕਹਿੰਦਾ ਹੈ ਕਿ ਮਿਸਲ ਸ਼ਬਦ ਦਾ ਕੀ ਮੀਨਿੰਗ ਹੈ, ਜੇ ਡੀ ਕਨਿੰਗਮ ਦਾ ਕੀ ਵਿਊ ਹੈ ਮਿਸਲ ਦੇ ਬਾਰੇ? ਜ਼ੁਲਮ ਰੋਕਣ ਵਾਲਾ, ਸਿੱਖ, ਬਰਾਬਰ ਜਾਂ ਸਾਰੇ? ਸੀ
ਬਰਾਬਰ ਮੈਂ ਪਿੱਛੇ ਦੱਸਿਆ ਜੀ ਮਿਸਲ ਦਾ ਸ਼ਬਦ ਦਾ ਅਰਥ ਹੀ ਇਹ ਹੈਗਾ ਬਰਾਬਰ ਜਾਂ ਇੱਕੋ ਜੇ ਤੁਸੀਂ ਫਿਰ ਵੀ ਵਿੱਚੋਂ ਲਾ ਰਹੇ ਹੋ ਵਿੱਚੋਂ ਡੀ ਆਪਸ਼ਨ ਨਹੀਂ ਜੀ ਸੀ ਬਰਾਬਰ ਜਾਂ ਇੱਕੋ ਜਾਂ ਜਿਹੜੇ ਸਾਰੇ ਇੱਕੋ ਜੇ ਹੋਣ ਤਾਂ 12 ਪਹਿਲਾਂ 11 ਸੀ ਬਾਅਦ 'ਚ 12 ਬਣ ਗਏ ਉਹਨਾਂ ਦੇ ਇੱਕੋ ਜਿਹਾ ਰਹਿਣ ਸਹਿਣ ਸੀ ਇੱਕੋ ਜਿਹੇ ਹਥਿਆਰ ਸੀ ਉਹਨਾਂ ਕੋਲ ਇੱਕੋ ਹੀ ਵਿਚਾਰ ਵਟਾਂਦਰਾ ਦੇ ਕੇ ਖੇਤਾ ਹੁੰਦਾ ਸੀ ਤੇ ਆਪਦਾ ਆਪਦਾ ਏਰੀਆ ਡਿਸੀਜਨ ਠੀਕ ਹੈ ਉਹ 11 ਜਾਂ 12 ਨਸਲਾਂ ਮਿਸਲਾਂ ਸੀਗੀਆਂ ਪਰ ਫਾਈਨਲ ਡਿਸੀਜਨ ਇਹਨਾਂ ਦਾ ਇੱਕ ਹੀ ਹੁੰਦਾ ਸੀ ਉਹ ਕਰਦਾ ਸੀਗਾ ਸਰਬੱਤ ਖਾਲਸਾ ਇਕੱਠਾ ਹੁੰਦਾ ਸੀ ਤੇ ਫਿਰ ਗੁਰਮਤ ਆ ਜਿਹੜਾ ਉੱਥੇ ਪਾਸ ਕੀਤਾ ਜਾਂਦਾ ਸੀ ਸਾਰੇ ਉਹਨੂੰ ਕੋਲ ਕਲੀਅਰ ਹੈ ਜੀ ਆਈ ਹੋਪ ਸਾਡੀ ਕਲਾਸ ਤੁਹਾਨੂੰ ਵਧੀਆ ਲੱਗੀ ਕਲਾਸ ਨੂੰ ਬੱਚੇ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਕਰਨਾ ਜਿਹੜੇ SST ਮਾਸਟਰ ਕੇਡਰ ਦੇ ਜਿਹੜੇ ਬੈਚ ਹੈ ਬੱਚੇ ਉਹ ਆਨਲਾਈਨ ਤੇ ਆਫਲਾਈਨ ਜਿਹੜੇ ਸਟਾਰਟ ਹੋ ਚੁੱਕੇ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਜਿਹੜੇ ਸਕਰੀਨ ਤੇ ਨੀਚੇ ਨੰਬਰ ਹੈ ਜੀ ਤੁਸੀਂ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ ਥੈਂਕ ਯੂ ਜੀ ਕੱਲ੍ਹ ਮਿਲਦੇ ਹਾਂ ਆਪਾਂ ਕਲਾਸ 'ਚ ਸੇਮ ਟਾਈਮ 'ਤੇ ਧੰਨਵਾਦ ਜੀ ਸਾਰਿਆਂ ਦਾ